ਹਾਂ ਜੀ ਸਤਿ ਸ਼੍ਰੀ ਅਕਾਲ ਉਹ ਲੈਣ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਇੱਧਰ ਨਹੀਂ ਸਾਹਮਣੇ 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 ਮੈਡਮ ਆ ਓਪੋਜੀਸ਼ਨ ਪਾਰਟੀਆਂ ਡਿਸ ਏਰੀਏ ਦੇ ਵਿੱਚ ਅਕਾਲੀ ਦਲ ਤੇ ਬਹੁਤ ਵੱਡੀ ਦੋਮਤ ਅਜੇ ਬਰਗਾੜੀ ਦੀ ਲੱਗੀ ਮਹਿਬਲ ਕਲਾਂ ਦੀ ਉਹਨਾਂ ਦਾ ਅਜੇ ਦਾਮਨ ਸਾਫ ਨਹੀਂ ਹੋਇਆ ਆਪ ਜਿਹੜੀ ਇਹ ਕਈ ਹਿੱਸਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਕਾਂਗਰਸ ਦੀ ਸਰਕਾਰ ਨੇ ਦੋਵਾਂ ਸਾਲਾਂ ਦੇ ਵਿੱਚ ਮੈਂ ਸਮਝਣਾ ਹਰ ਵਰਗ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਜਿੰਨੇ ਵਾਅਦੇ ਕੀਤੇ ਸੀ ਕੋਈ ਇੱਕ ਵੀ ਨਹੀਂ ਰਹਿ ਗਿਆ ਜਿਹੜਾ ਉਹਨਾਂ ਪੂਰਾ ਨਾ ਕੀਤਾ ਸਾਰਿਆਂ ਨੂੰ ਪਹਿਲੇ ਕਾਂਗਰਸ ਦਾ ਵਰਕਰ ਬਾਗੋ ਬਾਗ ਇੰਨਾ ਖੁਸ਼ ਹੈ ਉਹਨਾਂ ਦੀ ਦਫ਼ਤਰਾਂ ਦੇ ਵਿੱਚ ਥਾਣੇ ਠਪਾਣੇ ਵਿੱਚ ਤਹਿਸੀਲਾਂ ਵਿੱਚ ਬਹੁਤ ਸੁਣਵਾਈ ਹੈ ਹਰ ਵਰਕਰ ਦਾ ਕੰਮ ਪੂਰਾ ਹੋ ਰਿਹਾ ਬਹੁਤ ਲੋਕ ਖੁਸ਼ ਨੇ ਵਿਸ਼ੇਸ਼ ਤੌਰ ਨੌਜਵਾਨ ਜਿਹੜੀਆਂ ਲੱਖਾਂ ਨੌਕਰੀਆਂ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਦਿੱਤੀਆਂ ਨੇ ਵੇਲੇ ਲਾਏ ਨੇ ਉਹਦੇ ਤੋਂ ਬਹੁਤ ਨੌਜਵਾਨ ਖੁਸ਼ ਨੇ ਕਿਸਾਨ ਜਿਹੜੇ ਨੇ ਮੰਡੀਆਂ ਵਿੱਚੋਂ ਫਸਲਾਂ ਚੁੱਕੀਆਂ ਗਈਆਂ ਭਾਅ ਬਹੁਤ ਅੱਛੇ ਦਿੱਤੇ ਗਏ ਨੇ ਕਰਜ਼ੇ ਛੱਡੇ ਬਹੁਤ ਸਾਰਿਆਂ ਦੇ ਛੱਡ ਦਿੱਤੇ ਗਏ ਨੇ ਕਾਰਗੁਜ਼ਾਰੀ ਇਹਨਾਂ MLA ਦੇ ਮੰਤਰੀਆਂ ਦੀ ਬਹੁਤ ਅੱਛੀ ਸਾਫ਼ ਸੁਥਰਾ ਰਾਜ ਦਿੱਤਾ ਜਾ ਰਿਹਾ ਕੋਈ ਐਲੀਗੇਸ਼ਨ ਮੇਜਰ ਕਿਸੇ ਕਿਸਮ ਦਾ ਪਿਛਲੇ ਦੋ ਸਾਲ ਸਵਾ ਦੋ ਸਾਲ 'ਚ ਇਸ ਸਰਕਾਰ ਦੇ ਉੱਤੇ ਨਹੀਂ ਲੱਗਾ ਤਾਂ ਮੈਂ ਸਮਝਦਾ ਇਹੀ ਸਾਰਿਆਂ ਨੂੰ ਵੱਡੀਆਂ ਚੀਜ਼ਾਂ ਹੁੰਦੀਆਂ ਤੁਸੀਂ ਮੈਨੂੰ ਕੋਈ ਪਾਗਲ ਸਮਝਿਆ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਜੀ ਨਹੀਂ ਨਹੀਂ ਮੈਨੂੰ ਕੋਈ ਮਲਾਲ ਨਹੀਂ ਮੈਂ ਬਹੁਤ ਖੁਸ਼ ਹਾਂ ਮੈਂ ਇਸ ਕੰਮ 'ਚੋਂ ਕੀ ਲੈਣਾ ਸੀ ਮੈਂ ਦਿੱਲੀ ਬੈਠਾ ਜੀ ਮੇਰਾ ਮਤਲਬ ਮੌਜੂਦਾ CM ਇੱਥੇ ਆਉਣ ਵਾਲੇ CM ਇੱਥੇ ਨੇ ਸਾਡੀ ਕੋਈ ਬਹੁਤ ਜ਼ਿਆਦਾ ਲੋੜ ਤਾਂ ਹੈ ਨਹੀਂ ਸੀ ਹਾਂਜੀ ਸੁਧਿਆ ਸੁਧਿਆ ਸਾਰਾ ਕੁਝ ਠੀਕ ਹੈ ਅਤੇ ਫਤਿਹ ਸਿੰਘ ਬਾਜਵਾ ਕਰ ਹੀ ਰਹੇ ਨੇ ਉਹ ਮੈਨੂੰ ਹੀ ਰਿਪ੍ਰੈਜੈਂਟ ਕਰਦੇ ਹੋਰ ਕਿਹਨੂੰ ਕਰਦੇ ਨੇ ਕਿਹਨੂੰ ਹੋਰ ਰਿਪ੍ਰੈਜੈਂਟ ਕਰਦੇ ਮੈਨੂੰ ਹੀ ਰਿਪ੍ਰੈਜੈਂਟ ਕਰਦੇ